हाँ जी दोस्तों, तलवंडी साबो के मेले से खड़े हैं। बाई ना करने गल, बाई को दो जानवर ने, दोवें बकाऊ ने। हाँ जी बाई जी, सत श्री अकाल जी। सत श्री अकाल वीरे। ते बाई जी कित्थों पहुंचे पहला ते दसो। अपन कोट शमीर तो आए। कोट शमीर तो, ठीक है जी। ते किन्ने जानवर लेके आए वीरे इत्थे? अपने कोल तीन जानवर है जी। तीन ने जी, किन्ने सेल ने जी? हाँ सेल है। हाँ जी, पहला अपन इहदे बारे दसो जी। ये बछेरी है जी? ये बछेरी है जी, दुद्ध दंद है। दुद्ध दंद है जी, ठीक है जी। ते ਕਿਹੜੇ ਘੋੜੇ ਦੀ ਹੈ ਜੀ ਇਹ? ਇਹ ਘੋੜੇ ਬਤਾਵ ਦੀ ਹੈ ਜੀ, ਜਿਹੜਾ ਜਸਪਾਲ ਕੋਲੇ ਸੀਗਾ। ਠੀਕ ਹੈ ਜੀ, ਜਸਪਾਲ ਅੰਕਲ ਕੋਲ ਜਿਹੜਾ ਬਤਾਵ ਘੋੜਾ ਉਹਦੀ ਬੱਚੀ ਹੈ। ਹਾਂਜੀ, ਠੀਕ ਹੈ ਜੀ। ਤੇ ਹਾਈਟ ਕਿੰਨੀ ਕਰ ਗਈ ਜੀ? ਹਾਈਟ 61 ਇੰਚ ਹੈ ਜੀ ਹੁਣ ਇਹਦੀ। 61 ਇੰਚ, ਠੀਕ ਹੈ ਜੀ। ਇਸ ਵਾਸਤੇ ਸੇਲ ਹੈ ਜੀ? ਹਾਂ ਸੇਲ ਹੈ। ਕਿੰਨੀ ਉਮਰ ਦੱਸੀ ਸੀ? ਦੁੱਧ ਦੰਦ ਹੈ ਜੀ। ਹਜੇ ਦੁੱਧ ਦੰਦ? ਹਾਂਜੀ, ਠੀਕ ਹੈ ਜੀ। ਲੈ ਵੀ ਦੋਸਤੋ ਘੋੜੀ ਦੇਖ ਲਓ, ਲਾਲ ਚੰਬੀ ਹੈ ਇਹ। ਤੇ ਕੀ ਡਿਮਾਂਡ ਕੀ ਕਰਦੇ ਹੋ ਵੀਰੇ ਦੀ? ਇਹਦਾ ਬਾਈ ਜੀ 3.5 ਲੱਖ ਰੁਪਇਆ ਲੈਣਾ। 3.5 ਲੱਖ ਰੁਪਇਆ, ਬਾਕੀ ਮੌਕੇ ਤੇ ਫੋਨ ਤੇ ਹੋ ਜਾਣਾ। उम्र कि ਹਾਈਟ ਇਹਦੀ 60 ਇੰਚ ਹੈ ਜੀ। ਠੀਕ ਹੈ, ਤੇ ਸਵਾਰੀ ਨੂੰ ਕਿਵੇਂ ਜੀ? ਸਵਾਰੀ ਨੂੰ ਪਾਸ ਹੈ ਜੀ, ਚਾਲ ਪਾਈ ਵੀ ਹੈ। ਠੀਕ ਹੈ ਜੀ। ਹਾਂਜੀ, ਠੀਕ। ਤੇ ਇਹਦਾ ਕੀ ਮੰਗਦੇ ਜੀ? ਇਹ ਜੋੜੇ ਦਾ 2.5 ਲੱਖ ਰੁਪਏ ਲੈਣਾ। ਜੋੜੇ ਦਾ 2.5 ਲੱਖ, ਤੇ ਬਾਕੀ ਦੋਸਤੋ ਹੋ ਜਾਣਾ ਮੌਕੇ ਤੇ ਮਾਨਤਾ ਨਾ। ਬਾਈ ਨੂੰ ਕਰ ਲਿਓ ਫੋਨ, ਤੇ ਇੱਕ ਵਾਰ ਨਾ ਵੀਡੀਓ 'ਚ ਆਪਣਾ ਨੰਬਰ ਬੋਲ ਦਿਓ ਬਾਈ ਜੀ। ਬਾਈ ਜੀ ਨੰਬਰ ਆਪਣਾ 99151 ਜੀ। ਠੀਕ ਹੈ ਜੀ। 62658। ਇੱਕ ਵਾਰ ਹੋਰ ਬੋਲ ਦਿਓ ਜੀ। 99151 ਜੀ, 62658। ਲੈ ਵੀ ਦੋਸਤੋ, ਬਾਈ ਨੇ ਨੰਬਰ ਵੀ ਦਿੱਤਾ ਤੇ ਜਾਨਵਰ ਵੀ ਦੱਸਤੀ ਸਾਰੀ ਡਿਟੇਲ। ਜਿਹਨੇ ਲੈਣਾ ਹੋਇਆ ਬਾਈ ਨਾਲ ਕਰ ਲਿਓ ਕੰਟੈਕਟ। ਤੇ ਧੰਨਵਾਦ ਵੀਰੇ। ਠੀਕ ਹੈ ਜੀ ਬਾਈ ਜੀ, ਓਕੇ। ਤਲਵੰਡੀ ਸਾਬੋ ਮੇਲੇ ਦੀ ਖੜਿਆ ਬਾਈ, ਬਹੁਤ ਚੰਗੀ ਬਸ਼ੇਰੀ ਲਈ ਫਰਦਾ ਨੁਕਰੀ ਤੇ ਹੈਵੀ ਸੇਲ ਆ, ਬਾਈ ਨਾਲ ਜਾ ਕੇ ਗੱਲ ਕਰਦੇ ਆ। ਸਤਿ ਸ਼੍ਰੀ ਅਕਾਲ ਜੀ ਸਰ। ਸਤਿ ਸ਼੍ਰੀ ਅਕਾਲ ਜੀ। ਤੇ ਕਿੱਥੋਂ ਪਹੁੰਚੇ ਹੋ ਵੀਰੇ? ਅਸੀਂ ਮੇਰਾ ਪਿੰਡ ਚੈਲਾਂ ਵਾਲੀ ਆ ਜੀ। ਠੀਕ ਹੈ ਜੀ। ਇਹ ਬਸ਼ੇਰੀ ਜਿਹੜੀ ਹੈ ਮੇਰੇ ਮਾਸੜ ਜੀ ਦੀ ਹੈ, ਪਿੰਡ ਫੱਤਾ ਮਾਲਕ ਤੋਂ। ਠੀਕ ਹੈ ਜੀ। ਹਾਂਜੀ। ਤੇ ਸੇਲ ਹੀ ਲੈ ਕੇ ਆਏ ਜੀ? ਹਾਂ ਬਿਲਕੁਲ ਜੀ। ਕਿੰਨੇ ਦਿਨ ਹੋ ਗਏ ਵੀਰੇ ਇੱਥੇ ਪਹੁੰਚਣ ਨੂੰ? ਇੱਥੇ ਸਾਨੂੰ 4 ਦਿਨ ਹੋ ਗਏ ਜੀ। ਤੇ ਜਾਨਵਰ ਕਿੰਨੇ ਲੈ ਕੇ? ਅਸੀਂ 2 ਲੈ ਕੇ ਆਏ ਜੀ, ਕਿਤੇ ਬਸ਼ੇਰੀ ਹੈ। ਠੀਕ ਹੈ ਜੀ। ਇਹ ਨਿਊ ਜਵਰਾਜ ਦੀ ਬੱਚੀ ਹੈ ਤੇ ਇੱਕ ਸਾਡਾ ਆਸਟ੍ਰੇਲੀਅਨ ਹੈ। ਠੀਕ ਹੈ ਜੀ। ਹਾਂ, ਇਹ ਸਮੁੰਦਰ ਦਾ ਬੱਚਾ ਤੇ ਰਾਜਾ ਦਾ ਨਾਮ ਹੈ। ਠੀਕ ਹੈ ਜੀ, ਬਿਲਕੁਲ। ਤੇ ਇਸ ਬਸ਼ੇਰੀ ਬਾਰੇ ਡਿਟੇਲ ਦਿਓ ਜੀ, ਕਿਹਦੀ ਬੱਚੀ ਜੀ? ਇਹ ਆਪ ਨਿਊ ਜਵਰਾਜ ਦੀ ਹੈ ਜੀ। ਠੀਕ ਹੈ ਜੀ। ਤੇ ਮਾਂ ਇਹਦੀ ਹੈਗੀ ਭਾਗਸਰ ਵਾਲੇ ਵੱਡੇ ਘੋੜੇ ਜੀ। ਮਾਂ ਦੀ ਹਾਈਟ ਕਿੰਨੀ ਸੀ? ਮਾਂ 66 ਹੈ ਜੀ। ਠੀਕ ਹੈ ਜੀ। ਸਾਡੇ ਘਰ ਦੀ ਬਰੀਡ ਕੀਤੀ ਹੋਈ ਹੈ ਜੀ। ਘਰ ਦੀ ਬਰੀਡ? ਹਾਂ ਬਿਲਕੁਲ ਜੀ। ਤੇ ਮਾਂ ਦਾ ਕੱਦ ਕਿੰਨਾ ਸੀ? 66 ਇੰਚ ਜੀ। ਤੇ ਇਹ ਕਿੰਨੇ ਟਾਈਮ ਦੀ ਹੋ ਗਈ ਵੀਰੇ ਹੁਣ? ਇਹ 9.5 ਮਹੀਨੇ ਦੀ ਹੋਈ ਹੈ ਜੀ। 9.5 ਮਹੀਨੇ ਹੁਣ ਸ਼ਿਗੜੀ ਚੱਕ ਰਹੀ ਹੈ। ਠੀਕ ਹੈ। 58 ਇੰਚ ਦੇ ਆਸ-ਪਾਸ ਇਹਦੀ ਹਾਈਟ ਹੋ ਗਈ। ਠੀਕ ਹੈ ਜੀ, ਬਿਲਕੁਲ ਜੀ। ਤੇ ਇਹਦੀ ਡਿਮਾਂਡ ਕੀ ਕਰ ਦੋ ਵੀਰੇ? ਡਿਮਾਂਡ ਕਿੰਨੀ? 6 ਲੱਖ ਰੁਪਏ ਜੀ। ਬਾਲ ਪੋਰੀ ਸਾਫ ਹੈ ਵੀਰੇ? ਬਿਲਕੁਲ ਕਲੀਅਰ ਹੈ ਜੀ। ਠੀਕ ਹੈ ਜੀ। 6 ਲੱਖ ਬਾਈ ਡਿਮਾਂਡ ਕਰਦਾ, ਤੁਹਾਨੂੰ ਬਸ਼ੇਰੀ ਦਿਖਾ ਦਿੰਦੇ ਆ। ਸੇਲ ਹੈ ਕਿ ਜੇ ਕਿਸੇ ਵੀਰ ਨੂੰ ਲੱਗਦੀ ਹੈ ਚੰਗੀ ਤਾਂ ਬਾਈ ਨੂੰ ਕੰਟੈਕਟ ਕਰ ਲਓ, ਨੰਬਰ ਵੀ ਦੇ ਦਾਂਗੇ ਆਪਾਂ ਵੀਡੀਓ 'ਚ। ਕੀ ਹਾਲ ਚਾਲ? ਠੀਕ ਹੈ, ਬਹੁਤ ਚੰਗੀ ਬੱਚੀ ਹੈ। ਜਿਹੜਾ ਕਿ ਬਸ਼ੇਰੀ ਹੈ? ਇਹ ਬਸ਼ੇਰੀ ਹੈ। ਹੋਰ ਸੇ ਠੀਕ ਹੈ? ਕਿੱਥੇ ਲਾ ਰੱਖਣੀ ਡਿਊਟੀ? ਆਪਾਂ ਬਹਿਣੇ ਅੰਦਰ? ਆ ਜਾ ਆ ਜਾ ਬਸ ਥੋੜਾ ਇੱਕ ਮਿੰਟ। ਕਿਸੇ ਵੀਰ ਨੇ ਖਰੀਦਣੀ ਹੋਵੇ ਆਪਦਾ ਕੰਟੈਕਟ ਨੰਬਰ ਦੇ ਦਿਓ ਵੀਡੀਓ 'ਚ। ਹਾਂ, ਨੰਬਰ ਸਰ ਜੀ 9723 9723 99999। ਠੀਕ ਹੈ ਜੀ। ਲੈ ਵੀ ਦੋਸਤੋ ਨੰਬਰ ਬੋਲਤਾ, ਕਰ ਲਿਓ ਕੰਟੈਕਟ। ਲੈ ਵੀ ਦੋਸਤੋ, ਤਲਵੰਡੀ ਸਾਬੋ ਦੇ ਮੇਲੇ ਤੇ ਖੜਿਆ ਬਾਈ ਹੋਰੇ, ਬਹੁਤ ਸੋਹਣਾ ਆਸਟ੍ਰੇਲੀਆ ਲਈ ਫਿਰਦੇ ਨੇ ਤੇ ਜਾ ਕੇ ਇਹਦੀ ਲਾਈਨਾਂ ਡਿਟੇਲ ਬਾਈ ਤੋਂ, ਬਾਈ ਦੇ ਘੋੜੇ ਦੇ ਓਨਰ ਨਾਲ ਪਾਉਂਦੇ ਬਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਕਿੱਥੋਂ ਆਏ ਵੀਰੇ ਪਹਿਲਾਂ? ਬਾਈ ਜੀ ਆਪਣਾ ਪਿੰਡ ਫੱਤਾ ਮਾਲੋਕਾ। ਠੀਕ ਹੈ ਜੀ। ਜ਼ਿਲ੍ਹਾ ਮਾਨਸਾ। ਠੀਕ ਹੈ ਜੀ। ਸਰਸਾ ਮਾਨਸਾ ਰੋਡ ਦੇ ਉੱਪਰ ਪਿੰਡ ਹੈ ਫੱਤਾ ਮਾਲੋਕਾ। ਕਿੰਨੇ ਦਿਨ ਹੋ ਗਏ ਵੀਰੇ ਇੱਥੇ ਆਏ ਨੂੰ? ਇੱਥੇ ਬਾਈ ਜੀ ਆਪਾਂ ਲੈ ਕੇ ਆ ਗਏ। ਠੀਕ ਹੈ ਜੀ। ਠੀਕ ਹੈ ਜੀ। ਤੇ ਆਸਟ੍ਰੇਲੀਅਨ ਵੀਰੇ ਆਪਾਂ ਇੱਥੇ ਸ਼ੋ ਕਰ ਲਈ ਲੈ ਕੇ ਆਏ ਨਾ? ਹਾਂਜੀ ਹਾਂਜੀ, ਇਹਨੂੰ ਆਪਾਂ ਡਿਸਪਲੇ ਕਰ ਲਈ ਲੈ ਕੇ ਆਏ। ਡਿਸਪਲੇ ਕਰ ਲਈ ਲੈ ਕੇ ਆਏ। ਠੀਕ ਹੈ ਜੀ। ਸਮੁੰਦਰ ਦਾ ਬੱਚਾ ਹੈ? ਸਮੁੰਦਰ ਦਾ ਬੱਚਾ ਹੈ। ਹਾਂ, ਇਹਦੀ ਮਾਂ ਮਿੰਟੂ ਵਾਲੇ ਦਿੰਦੀ ਸੀ। ਠੀਕ ਹੈ ਜੀ। ਤੇ ਜੋ ਹੰਸ ਹੈ ਬੈਬਲ ਵਾਲੇ ਕੋਲੇ। ਠੀਕ ਹੈ ਜੀ। ਦੱਸਾਂ ਕਾਪਾ ਹੀ ਸੇਮ ਬਲੱਡ ਹੈ, ਉਹਦੀ ਮਾਂ ਮਨੂ ਵੀ ਪਿਓ ਨੇ। ਠੀਕ ਹੈ ਜੀ। ਤੇ ਕਿੰਨੇ ਟਾਈਮ ਦਾ ਹੋ ਗਿਆ ਵੀਰੇ ਹੁਣ? 4 ਸਾਲ ਦਾ ਹੋ ਗਿਆ। ਸਟੱਡ ਸਰਵਿਸ ਲਈ ਉੱਪਰ ਤੱਕ ਕਿੰਨੀ ਫੀਸ ਰੱਖੀ ਹੈ ਵੀਰੇ? ਬਾਈ ਫੀਸ ਬਾਈ ਜੀ 11000। ਠੀਕ ਹੈ ਜੀ। ਹਾਂਜੀ। ਤੇ ਹੁਣ ਤੱਕ ਕਿੰਨੀਆਂ ਘੋੜੀਆਂ ਤੋਂ ਕ੍ਰਾਸ ਹੋ ਚੁੱਕੀਆਂ? ਜੀ ਆਪਾਂ ਨੂੰ ਤਾਂ 15 ਘੋੜੀਆਂ ਹੁਣ ਚੈੱਕ ਪਾਸ ਨੇ, 15-16 ਘੋੜੀਆਂ ਚੈੱਕ ਪਾਸ ਨੇ। ਠੀਕ ਹੈ ਜੀ। ਤੇ ਰਿਜ਼ਲਟ ਨਹੀਂ ਆਇਆ ਵੀਰੇ? ਰਿਜ਼ਲਟ ਆਇਆ ਤੇ 4 ਬੱਚੇ ਆਏ ਨੇ। ਠੀਕ ਹੈ। 2 ਚੰਬੀਆਂ ਸੂਈਆਂ, 2 ਨੁਕਰੀਆਂ ਸੂਈਆਂ। ਠੀਕ ਹੈ। ਦੋਨਾਂ ਮਗਰ 4 ਮਗਰ 4 ਨੁਕਰੇ ਬੱਚੇ ਨੇ 4 ਮਗਰ। ਠੀਕ ਹੈ ਜੀ। ਤੇ ਇਹਦੀ ਮਾਂ ਵੀਰੇ ਆਪਣੇ ਕੋਲੇ ਸੀ ਜਾਂ ਫਿਰ? ਨਹੀਂ ਬਾਈ ਜੀ, ਇਹਦੀ ਮਾਂ ਕਿੱਥੋਂ ਇਹ ਜੰਮਿਆ? ਰੋਡੇ ਜੰਮਿਆ। ਠੀਕ ਹੈ ਜੀ। ਉੱਥੋਂ ਇਹ ਉਹਦੀ ਮਾਂ ਵੀ ਉੱਥੇ ਕਿੱਥੇ ਜੰਮਿਆ ਸਭ ਆਪਾਂ ਨੂੰ ਪਤਾ ਇਹਦਾ। ਠੀਕ ਹੈ ਜੀ। ਇਹਦੀ ਮਾਂ ਹੈਗੀ ਸੀ 62 ਇੰਚ ਦੀ, ਮਿੰਟੂ ਵਾਲੇ ਅਰਜਨ ਦੀ। ਠੀਕ ਹੈ ਜੀ। ਹਾਂਜੀ। ਤੇ ਇਹਦੀ ਹਾਈਵਲ ਵਾਲੇ ਕੋਲ ਹੀ ਸੀ? ਠੀਕ ਹੈ ਜੀ। ਤੇ ਉਹਨਾਂ ਨੇ ਇਹਦਾ ਭਾਈ ਹੰਸ ਰੱਖ ਲਿਆ, ਆਪਾਂ ਇਹ ਆਪਾਂ ਲੈ ਲਿਆ ਸੀ। ਠੀਕ ਹੈ ਜੀ। ਹਾਂਜੀ। ਤੇ ਇਹਦੀ ਹਾਈਟ ਕਿੰਨੀ ਦੱਸੀ ਸੀ? ਹਾਈਟ ਬਾਈ ਜੀ 65+।
ਠੀਕ ਹੈ ਜੀ ਹਾਂਜੀ ਤੇ ਆਪਣਾ ਨਾ ਇੱਕ ਵਾਰ ਕੰਟੈਕਟ ਨੰਬਰ ਬੋਲ ਦਿਓ ਜੇ ਕਿਸੇ ਨੰਬਰ ਬਾਈ ਜੀ ਆਪਣਾ ਢਿੱਲੋਂ ਸਟਾਰਟ ਫਾਰਮ ਫੱਤਾ ਮਾਲੋ ਕਾ ਠੀਕ ਹੈ ਜੀ ਇਹਦੇ ਉਹਨਾਂ ਨੇ ਸਾਡੇ ਫਾਦਰ ਸਾਹਿਬ ਡਾਕਟਰ ਅਮਰਜੀਤ ਸਿੰਘ ਢਿੱਲੋਂ ਫੱਤਾ ਮਾਲੋ ਕਾ ਠੀਕ ਹੈ ਜੀ ਹਾਂਜੀ ਆਪਣਾ ਕੰਟੈਕਟ ਨੰਬਰ ਹੈਗਾ 98763 ਠੀਕ ਹੈ ਜੀ 0343 ਠੀਕ ਹੈ ਜੀ ਆਪਣਾ ਨਾਮ ਕੀ ਦੱਸਿਆ ਸੀ ਦਾ ਜੀ ਰਾਜਾ ਜੀ ਰਾਜਾ ਆਸਟ੍ਰੇਲੀਅਨ ਰਾਜਾ ਰਾਜਾ ਸਟਾਲੀਅਨ ਰਾਜਾ ਸਟਾਲੀਅਨ ਰਾਜਾ ਸੈਰ ਆਫ ਸਮੁੰਦਰ ਠੀਕ ਹੈ ਜੀ ਹਾਂਜੀ ਸਮੁੰਦਰ ਦਾ ਬੱਚਾ ਸਮੁੰਦਰ ਦਾ ਬੱਚਾ ਬਹੁਤ ਚੰਗਾ ਬੱਚਾ ਹੈਗਾ ਤੇ ਸਟੱਡ ਸਰਵਿਸ ਲਈ ਵੀ ਰੈਡੀ ਹੈ ਕਿਸੇ ਵੀਰ ਨੇ ਕੋਈ ਸਰਵਿਸ ਲੈਣੀ ਹੋਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰ ਲਿਓ ਬਹੁਤ ਚੰਗਾ ਬੱਚਾ ਹੈਗਾ ਠੀਕ ਹੈ ਬਾਈ ਜੀ ਧੰਨਵਾਦ ਠੀਕ ਹੈ ਬਾਈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਠੀਕ ਟਾਈਮ ਕੱਢਿਆ ਮਿਹਰਬਾਨੀ ਆ ਜਾਓ ਆ ਕਰਿਓ ਬਾਈ ਜੀ ਆ ਜਾਓ ਬੱਡਾ ਭਾਈ